ਸਤਿ ਸ਼੍ਰੀ ਅਕਾਲ ਜੀ ਮੈਂ ਆਸ ਕਰਦਾ ਹਾਂ ਤੁਸੀਂ ਤੰਦਰੁਸਤ ਹੋਵੋਗੇ ਠੀਕ ਠਾਕ ਹੋਵੋਗੇ ਪਰ ਰੂਬਰੂ ਇਸ ਕਰਕੇ ਹੋਇਆ ਵੀ ਕਾਫੀ ਪੰਜਾਬ ਦੇ ਸੀਨੀਅਰ ਪੋਲੀਟੀਸ਼ੀਅਨ ਜਾਂ ਹੋਰ ਜਿਹੜੀਆਂ ਪੰਜਾਬ ਦੀਆਂ ਸਖਸ਼ੀਤਾ ਜਿਨ੍ਹਾਂ ਨੂੰ ਹੋ ਸਕਦਾ ਥੋੜੀ ਬਹੁਤ ਮਿਸ ਅੰਡਰਸਟੈਂਡਿੰਗ ਹੋਵੇ ਮੇਰੇ ਪ੍ਰਤੀ ਜਾਂ ਸ਼ੰਭੂ ਮੋਰਚੇ ਪ੍ਰਤੀ ਤਾਂ ਇਹ ਗੱਲ ਆਪਾਂ ਕਲੀਅਰ ਕਰ ਲਈਏ ਕਿ ਉਹ ਮਿਸ ਅੰਡਰਸਟੈਂਡਿੰਗ ਹੈ ਜਿਹੜੀ ਜਾਂ ਤੁਸੀਂ ਮੇਰੇ ਵਿਰੁੱਧ ਬੜਾ ਕੁਝ ਬੋਲ ਰਹੇ ਹੋ ਤੇ ਮੈਂ ਇਹ ਕਹਿਣਾ ਚਾਹਣਾ ਵੀ ਤੁਹਾਡੀ ਹਰ ਲਫ਼ਜ਼ ਨੂੰ ਤੁਹਾਡੇ ਹਰ ਮਿਹਣੇ ਨੂੰ ਤਾਣੇ ਨੂੰ ਤੋਮਤ ਨੂੰ ਮੈਂ ਸਿਰ ਮੱਥੇ ਪ੍ਰਵਾਨ ਕਰਦਾ ਮੇਰੇ ਵੱਲੋਂ ਇੱਕ ਵੀ ਲਫ਼ਜ਼ ਤੁਹਾਡੇ ਖਿਲਾਫ ਨਹੀਂ ਬੋਲਿਆ ਜਾਊਗਾ ਕਿਉਂਕਿ ਮੇਰੀ ਲੜਾਈ ਜਾਂ ਸਾਡੀ ਲੜਾਈ ਕਿਸਾਨੀ ਦੇ ਖੋਲ 'ਚ ਇਸ ਲੜਾਈ ਨੂੰ ਅਸੀਂ ਦਿੱਲੀ ਨਾਲ ਲੜ ਰਹੇ ਹਾਂ ਸਾਡੀ ਲੜਾਈ ਦਿੱਲੀ ਨਾਲ ਆ ਸ਼ੰਭੂ ਤੋਂ ਬੈਠੇ ਉਧਰਲੇ ਪਾਸੇ ਨੂੰ ਘੱਗਰ ਦਰਿਆ ਦੇ ਜਿਹੜੇ ਅਗਲੇ ਪਾਸੇ ਦਿੱਲੀ ਬੈਠੀ ਆ ਉਹਨਾਂ ਨਾਲ ਆਪਦਿਆਂ ਨਾਲ ਕਾਦੀ ਲੜਾਈ ਆ ਸਾਡੀ ਸੋ ਆਪਦੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਆ ਕੋਈ ਲੜਾਈ ਨਹੀਂ ਆ ਸੋ ਇਸ ਕਰਕੇ ਤੁਸੀਂ ਜੋ ਕਹਿ ਰਹੇ ਹੋ ਸਿਰ ਮੱਥੇ ਜਦੋਂ ਮੈਂ ਕਹਿ ਰਿਹਾ ਦਿੱਲੀ ਨਾਲ ਲੜਾਈ ਆ ਹੁਣ ਇਹਦਾ ਆਪਾਂ ਮਤਲਬ ਸਮਝਦੇ ਆ ਅੱਜ ਅਸੀਂ ਇੱਥੇ ਖੜੇ ਆ ਸਾਡੇ ਕਿਸਾਨੀ ਦੇ ਮਸਲੇ ਆ ਪੰਜਾਬ ਦੇ ਜਿਹੜੇ ਆਪਾਂ ਇਹ ਕਹ ਲਈਏ ਇਕੋਲੋਜੀਕਲ ਵਾਤਾਵਰਨ ਨਾਲ ਸੰਬੰਧਿਤ ਮਸਲੇ ਆ ਜਿਹੜਾ ਸਾਡੀ ਜ਼ਮੀਨ ਨਾਲ ਸੰਬੰਧਿਤ ਆ ਇਹ ਉਦੋਂ ਤੱਕ ਹੱਲ ਨਹੀਂ ਹੋਣੇ ਜਦੋਂ ਤੱਕ ਪੰਜਾਬ ਕੋਲੇ ਇੱਕ ਪੰਜਾਬ ਸੈਂਟਰਿਕ ਕਿਸਾਨੀ ਦਾ ਆਵਦਾ ਮਾਡਲ ਨਾ ਹੋਵੇ ਕਿਸਾਨੀ ਦੇ ਖੇਹਲ ਚ ਇੱਕ ਗੱਲ ਅਸੀਂ ਸਾਹਮਣੇ ਆ ਗਈ ਹੈ ਇਹ ਕਿ ਪੰਜਾਬ ਕੋਲੇ ਜਿਹੜਾ ਆਵਦਾ ਪੰਜਾਬ ਕੇਂਦਰਤ ਇੱਕ ਆਵਦਾ ਮਾਡਲ ਸੀ ਜਿਹਦੇ ਚ ਅਸੀਂ ਫਸਲਾਂ ਵੀ ਉਹੀ ਬੀਜਦੇ ਸੀ ਜੋ ਸਾਨੂੰ ਬੀਜਰੀਆਂ ਚਾਹੀਦੀਆਂ ਇੱਥੇ ਵਪਾਰ ਵੀ ਉਸ ਪਾਸੇ ਹੁੰਦਾ ਸੀ ਜਿਹੜਾ ਵਪਾਰ ਸਾਨੂੰ ਲਾਹੇਵੰਦ ਦਾ ਉਥੇ ਕਿਸਾਨਾਂ ਦੇ ਤੇ ਮਜ਼ਦੂਰਾਂ ਦੇ ਹੱਕ ਜਾਂ ਉਹਨਾਂ ਦੇ ਫੈਸਲੇ ਲੈਣ ਦਾ ਹੱਕ ਪੰਜਾਬ ਕੋਲੇ ਜਾਂ ਕਿਸਾਨਾਂ ਕੋਲੇ ਹੁੰਦਾ ਸੀ ਇਹ 1849 ਚ ਸਾਡੇ ਕੋਲੇ ਲਾਸਟ ਉਹ ਸਾਲ ਤੱਕ ਸਾਡੇ ਕੋਲੇ ਰਿਹਾ ਉਸ ਤੋਂ ਬਾਅਦ ਪੰਜਾਬ ਚ ਬ੍ਰਿਟਿਸ਼ਰਸ ਆ ਗਏ ਜਾਂ ਕਹਿ ਲਓ ਅੰਗਰੇਜ਼ ਹਕੂਮਤ ਆ ਗਈ ਤਾਂ ਕਿਸਾਨੀ ਦਾ ਮਾਡਲ ਉਹਨਾਂ ਨੇ ਆਪ ਦੀ ਹਕੂਮਤ ਜਾਂ ਆਪਦੀ ਲੋੜ ਦੇ ਹਿਸਾਬ ਨਾਲ ਘੜਤਾ ਉਹਨਾਂ ਦੇ ਜਾਣ ਤੋਂ ਬਾਅਦ ਇਹ ਮਾਡਲ ਦਿੱਲੀ ਨੇ ਆਪਦੇ ਹਿਸਾਬ ਨਾਲ ਘੜਤਾ ਤੇ ਉਹਦੀ ਪ੍ਰਤੱਖ ਜਿਹੜੀ ਐਗਜ਼ਾਮਪਲ ਸਾਡੇ ਸਾਹਮਣੇ ਜਦੋਂ ਗ੍ਰੀਨ ਰੈਵੋਲੂਸ਼ਨ ਪੰਜਾਬ ਨੂੰ ਦੇ ਤਾ ਬਹੁਤ ਵੱਡੇ ਤੇ ਮਾੜੇ ਨਤੀਜੇ ਤੇ ਸੱਟੇ ਸਾਡੇ ਸਾਹਮਣੇ ਆ ਉਸ ਗ੍ਰੀਨ ਰੈਵੋਲੂਸ਼ਨ ਤੇ ਹਾਲਾਂਕਿ ਅਸੀਂ ਸਾਰੇ ਦੇਸ਼ ਨੂੰ ਭੁੱਖੇ ਲੋਕਾਂ ਨੂੰ ਉਸ ਵੇਲੇ ਅੰਨ ਦੀ ਮਤਲਬ ਇਹ ਗੱਲ ਆਪਾਂ ਇਹ ਗੱਲ ਆਪਾਂ ਮੈਥ ਲਈਏ ਗੱਲ ਨੂੰ ਮੰਨ ਲਈਏ ਵੀ ਉਸ ਵੇਲੇ ਇੱਕ ਫੂਡ ਕ੍ਰਾਈਸਿਸ ਸੀ ਜਿਹੜਾ ਦੇਸ਼ ਕੋਲੇ ਬਹੁਤ ਵੱਡਾ ਸੀ ਅਸੀਂ ਉਸ ਫੂਡ ਕ੍ਰਾਈਸਿਸ ਨੂੰ ਹੱਲ ਕੀਤਾ ਪਰ ਹੱਲ ਕਰਨ ਦੇ ਨਾਲ ਨਾਲ ਸਾਡੀ ਜ਼ਮੀਨ ਸਾਡੇ ਪਾਣੀ ਨੂੰ ਸਾਡੇ ਜਿਹੜੇ ਨੇਚਰਲ ਰਿਸੋਰਸਸ ਆ ਹਵਾ ਪਾਣੀ ਆਬੋ ਹਵਾ ਉਹ ਸਭ ਕੁਝ ਤਬਾਹ ਕਰ ਬੈਠੇ ਸਾਡੇ ਕੋਲੇ ਜਿਹੜਾ ਆ ਕਾਨੂੰਨ ਆਉਣ ਤੋਂ ਪਹਿਲਾਂ ਤੱਕ ਮਾਡਲ ਸੀ ਉਹ ਵੀ ਖੁਦਕੁਸ਼ੀਆਂ ਤੇ ਕਰਜ਼ੇ ਆ ਜਿਹੜੇ ਉਹ ਮਾਡਲ ਨੇ ਸਾਨੂੰ ਦਿੱਤੇ ਆ ਤਾਂ ਇਸ ਕਰਕੇ ਉਹ ਵੀ ਬਾਲਾ ਸਿਖਾਵਾ ਨਹੀਂ ਸੀ ਹੁਣ ਨਵੇਂ ਕਾਨੂੰਨ ਆ ਗਏ ਨਵੇਂ ਕਾਨੂੰਨ ਤਾਂ ਉਦੋਂ ਵੀ ਖਤਰਨਾਕ ਆ ਜਿੱਥੇ ਇਹਨਾਂ ਕਾਰਪੋਰੇਟ ਘਰਾਣਿਆਂ ਨੇ ਸਾਡੇ ਆ ਕੇ ਇੱਥੇ ਕੰਟਰੈਕਟ ਫਾਰਮਿੰਗ ਇਹ ਕੰਟਰੈਕਟ ਫਾਰਮਿੰਗ ਦੇ ਨਾਲ-ਨਾਲ ਜਮ੍ਹਾਂ ਖੋਰੀ ਕਰਨੀ ਆ ਤੇ ਸਾਡਾ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਸ਼ੋਸ਼ਣ ਕਰਨਾ ਜਿਹੜਾ ਇਹ ਤਾਂ ਸਾਡੇ ਸਾਹਮਣੇ ਆ ਸੋ ਇਸੇ ਕਰਕੇ ਅਸੀਂ ਇਹ ਅੰਦੋਲਨ ਵਿੱਟਿਆ ਵੀ ਇਹ ਸਾਰੇ ਜਿਹੜੇ ਹਾਲਾਤ ਆ ਇਹਨਾਂ ਨੂੰ ਮੁਖਾਤਮ ਹੋ ਕੇ ਇਹਨਾਂ ਦੇ ਬਾਰੇ ਕੋਈ ਨਾ ਕੋਈ ਇੱਕ ਹਾਂਜੀ ਇਹਨਾਂ ਹਾਲਾਤਾਂ ਨੂੰ ਮੁਖਾਤਮ ਹੋ ਕੇ ਕੋਈ ਨਾ ਕੋਈ ਪੱਕੇ ਤੌਰ ਤੇ ਇੱਕ ਹੱਲ ਕੱਢਿਆ ਜਾ ਸਕੇ ਜਦੋਂ ਅਸੀਂ ਕਿਸੇ ਪੱਕੇ ਹੱਲ ਦੀ ਗੱਲ ਕਰਦੇ ਆ ਤਾਂ ਪੱਕਾ ਹੱਲ ਉਦੋਂ ਤੱਕ ਨਹੀਂ ਨਿਕਲਣਾ ਜਦੋਂ ਤੱਕ ਪੰਜਾਬ ਸੈਂਟਰਿਕ ਸਾਡੇ ਕੋਲੇ ਐਗਰੀਕਲਚਰਲ ਐਗਰੀਰੀਅਨ ਮਾਡਲ ਨਹੀਂ ਆ ਪੰਜਾਬ ਕੇਂਦਰਤ ਮਾਡਲ ਨਹੀਂ ਆ ਔਰ ਇਹ ਮਾਡਲ ਪੰਜਾਬ ਦੇ ਜਿਹੜੇ ਵਾਰਸਾ ਉਹਨਾਂ ਨੇ ਤਿਆਰ ਕਰਨਾ ਇਹਦੀਆਂ ਪੈੜਾਂ ਜਿਹੜਾ ਮੈਂ ਕਹਿ ਰਿਹਾ 1849 ਚ ਸਾਡੇ ਕੋਲੇ ਆਪ ਦਾ ਇੱਕ ਆਤਮ ਨਿਰਭਰਤਾ ਦਾ ਕਿਸਾਨੀ ਦਾ ਮਾਡਲ ਸੀਗਾ ਉਹਦੀਆਂ ਪੈੜਾਂ ਉਹਦੀਆਂ ਲੀਹਾਂ ਹਜੇ ਤੱਕ ਪਈਆਂ ਉਹਦੇ ਉੱਤੇ ਤੇ ਅੱਜ ਦੇ ਆਧੁਨਿਕ ਯੁੱਗ ਦੇ ਅਨੁਸਾਰ ਅਸੀਂ ਇੱਕ ਨਵਾਂ ਮਾਡਲ ਘੜ ਸਕਦੇ ਹਾਂ ਕ੍ਰੀਏਟ ਕਰ ਸਕਦੇ ਹਾਂ ਇਸ ਗੱਲ ਖਾਤਰ ਥੋਡੀ ਸ਼ਮੂਲੀਅਤ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਐਸੇ ਕਰਕੇ ਜਿਹੜੇ ਜਿਹੜੇ ਪੰਜਾਬ ਦੇ ਵਾਰਿਸ ਜਿਹੜੇ ਜਿਹੜੇ ਪੰਜਾਬ ਦੇ ਰਾਖੇ ਕਹਿ ਲੋ ਜਾਂ ਪੰਜਾਬ ਦੇ ਦਰਦੀ ਜਿਹੜੀਆਂ ਰੂਹਾਂ ਦੇ ਅੰਦਰ ਪੰਜਾਬ ਦਾ ਦਰਦ ਪਿਆ ਤੁਹਾਡੇ ਸਾਰਿਆਂ ਦੇ ਸੁਝਾ ਤੇ ਤੁਹਾਡੇ ਸਾਰਿਆਂ ਦੇ ਸਵਾਲ ਇਹ ਭੇਜੋ ਮੈਨੂੰ ਭੇਜੋ www.warispunjab.org ਤੇ ਤੇ ਆਪਾਂ ਇੱਕ ਕਿਸਾਨੀ ਦਾ ਜਿਹੜਾ ਇੰਡੀਪੈਂਡੈਂਟ ਪੰਜਾਬ ਦਾ ਮਾਡਲ ਆ ਉਹਦੀ ਖਾਤਰ ਇੱਕ ਇੱਕ ਮਾਹੌਲ ਸਿਰਜ ਸਕੀਏ ਇੱਕ ਪਲੈਟਫਾਰਮ ਸਿਰਜ ਸਕੀਏ ਜਿੱਥੇ ਅਸੀਂ ਗੱਲਬਾਤ ਰਹੀ ਉਹ ਕ੍ਰੀਏਟ ਕਰ ਸਕੀਏ ਅੱਛਾ ਹੁਣ ਜਿਹੜਾ ਮਾਡਲ ਜਿਹੜੇ ਮਾਡਲ ਦੀ ਆਪਾਂ ਗੱਲ ਕਰਦੇ ਆ ਇਹਨੂੰ ਆਪਾਂ ਕ੍ਰੀਏਟ ਕਰ ਲਾਂਗੇ ਇਹਨੂੰ ਲਾਗੂ ਕਰਾਉਣ ਵਾਸਤੇ ਸਾਡੇ ਕੋਲੇ ਸਾਡੇ ਫੈਸਲੇ ਲੈਣ ਦੇ ਹੱਕ ਚਾਹੀਦੇ ਆ ਇਸ ਕਰਕੇ ਉੱਥੇ ਖੁਦਮੁਖਤਿਆਰੀ ਆ ਜਾਂਦੀ ਆ ਸੋ ਖੁਦਮੁਖਤਿਆਰੀ ਜਿਸ ਪੇਸ ਨਹੀਂ ਆ ਤਾਂ ਫਿਰ ਇੱਕ ਪੋਲੀਟੀਕਲ ਸਟਰਗਲ ਕਰੋ ਪੰਜਾਬ ਕੋਲੇ ਖੁਦਮਖਤਿਆਰੀ ਦੀ ਫੈਡਰਲ ਸਟਰਕਚਰ ਦੀ ਮੰਗ ਕਰੋ ਸੋ ਇਹਦੇ ਚ ਆਪਾਂ ਕਿਸਾਨੀ ਦੇ ਮਸਲੇ ਤੋਂ ਬਾਹਰ ਕਿੱਥੇ ਆ ਇੱਕ ਡੈਮੋਕਰੇਟਿਕ ਵੇਚ ਬੜੇ ਹੀ ਪੀਸਫੁਲ ਇੱਕ ਰੈਜ਼ਿਸਟੈਂਸ ਇੱਕ ਪੈਸਿਵ ਰੈਜ਼ਿਸਟੈਂਸ ਆਪਾਂ ਰਨ ਕਰ ਰਹੇ ਹਾਂ ਸ਼ੰਭੂ ਤੋਂ ਜਦੋਂ ਕੋਈ ਜਾਮ ਲੱਗਦਾ ਆਪਾਂ ਜਾਮ ਖਲਾ ਦਿੰਨੇ ਆ ਕੋਈ ਸੜਕ ਰੋਕਦਾ ਕੋਈ ਹੋਰ ਕਿਸੇ ਤਰ੍ਹਾਂ ਦੀ ਗੱਲਬਾਤ ਹੁੰਦੀ ਆ ਉਹ ਸਿਚੁਏਸ਼ਨ ਨੂੰ ਹੈਂਡਲ ਕਰਦੇ ਆ ਸੋ ਵਿਦਨ ਦਾ ਡੋਮੇਨ ਆਫ ਕਨਸਟੀਟਿਊਸ਼ਨ ਇੱਕ ਡੈਮੋਕਰੈਟਿਕ ਵੇਚ ਆਪਾਂ ਆਵਦਾ ਸੰਘਰਸ਼ ਲੜ ਰਹੇ ਆ ਕਿਸਾਨੀ ਕੇਂਦਰਿਤ ਜਿਹੜਾ ਤੁਸੀਂ ਇਹ ਕਹਿ ਲੋ ਵੀ ਐਗਰੀਕਲਚਰਲ ਸੈਂਟ੍ਰਿਕ ਆਪਣਾ ਸੰਘਰਸ਼ ਉਹ ਤੋਂ ਪਾਸੇ ਤਾਂ ਹੋ ਹੀ ਨਹੀਂ ਰਹੇ ਜਦੋਂ ਅਸੀਂ ਇੰਡੀਪੈਂਡੈਂਟ ਇੱਕ ਕਿਸਾਨੀ ਦੇ ਇਹੋ ਜਿਹੇ ਮਾਡਲ ਦੀ ਗੱਲ ਕਰ ਰਹੇ ਆ ਜਿੱਥੇ ਕਿਸਾਨਾਂ ਤੇ ਮਜ਼ਦੂਰਾਂ ਲਈ ਉਹ ਲਾਹੇਵੰਦ ਹੋਵੇ ਫਿਰ ਸਾਡਾ ਸੰਘਰਸ਼ ਕੁਝ ਹੋਰ ਕਿਵੇਂ ਹੋ ਗਿਆ ਸੋ ਇਹਨਾਂ ਗੱਲਾਂ ਨੂੰ ਸਮਝੀਏ ਗੱਲਾਂ ਜਾਂ ਤਾਂ ਕਈ ਵਾਰ ਇਹ ਹੁੰਦਾ ਵੀ ਜਿਹੜੇ ਮਾਝੇ ਹੋਏ ਜਾਂ ਪੁਰਾਣੇ ਪੋਲੀਟੀਸ਼ੀਅਨ ਆ ਪੰਜਾਬ ਦੇ ਮੈਂ ਉਹਨਾਂ ਨੂੰ ਹੱਥ ਵੱਡ ਕੇ ਉਹਨਾਂ ਨੂੰ ਵੀ ਇਹ ਬੇਇੰਤੀ ਕਰਦਾ ਕਿਉਂਕਿ ਮੈਂ ਇਹੀ ਕਹਿ ਰਿਹਾ ਵੀ ਤੁਹਾਡੇ ਸਾਰੇ ਤਾਨੇ ਮਿਹਨੇ ਸਿਰ ਮੱਥੇ ਜੋ ਮਰਜ਼ੀ ਕਹ ਲਓ ਮੈਨੂੰ ਹੁਣ ਕੋਈ ਫਰਕ ਨਹੀਂ ਪੈਂਦਾ ਆਰਐਸਐਸ ਦਾ ਬੰਦਾ ਜਾਂ ਫਲਾਣੇ ਗੱਲ ਕਰ ਰਿਹਾ ਜਾਂ ਕਿੱਧਰ ਨੂੰ ਲਿਜਾ ਰਿਹਾ ਕਿਸੇ ਹੋਰ ਪਾਸੇ ਨਹੀਂ ਲਿਜਾ ਰਹੇ ਹਜੇ ਆਪਾਂ ਕਿਸਾਨੀ ਤੇ ਹੀ ਖੜੇ ਆ ਪੰਜਾਬ ਸੈਂਟ੍ਰਿਕ ਮਾਡਲ ਕ੍ਰੀਏਟ ਕਰਨ ਵਾਸਤੇ ਇਹ ਗੱਲ ਆਪਾਂ ਸਟਾਰਟ ਕਰ ਲਈ ਆ ਇਹੇ ਕਰਕੇ ਆਪਾਂ ਵੈਬਸਾਈਟ ਬਣਾਈ ਆ ਤੁਹਾਨੂੰ ਕੁਝ ਦਿਨਾਂ ਚ ਵਟਸਐਪ ਨੰਬਰ ਵੀ ਦੇਵਾਂਗੇ ਜਿੱਥੇ ਤੁਸੀਂ ਆਪਣੇ ਸੁਝਾਅ ਤੇ ਸਵਾਲ ਭੇਜ ਸਕਦੇ ਹੋ ਨਾਲ ਦੀ ਨਾਲ ਮੈਂ ਇਹ ਕਹਿ ਰਿਹਾ ਬੜੇ ਡੈਮੋਕਰੈਟਿਕ ਵੇਚ ਇਹ ਸੰਘਰਸ਼ ਲੜਿਆ ਜਾ ਰਿਹਾ ਇਹਨੂੰ ਹੋਰ ਪਾਸੇ ਨਾ ਲੈ ਕੇ ਜਾਈਏ ਕਈ ਵਾਰੀ ਤੁਹਾਡੀ ਆਦਤ ਹੁੰਦੀ ਆ ਇਹ ਵੀ ਇਸ ਸਾਰੇ ਸੰਘਰਸ਼ ਨੂੰ ਕਿਸੇ ਹੋਰ ਪਾਸੇ ਨੂੰ ਲਜਾਣ ਵਾਸਤੇ ਜਾਂ ਪ੍ਰਵੋਕ ਕਰਦੇ ਹੋ ਜਦੋਂ ਅਟੈਕ ਕਰਕੇ ਪਰਸਨਲ ਅਟੈਕ ਕਰਕੇ ਪ੍ਰਵੋਕ ਕਰਦੇ ਹੋ ਪ੍ਰੋਵੋਕੇਸ਼ਨ ਚ ਤੁਹਾਨੂੰ ਐਂ ਲੱਗਦਾ ਵੀ ਮੈਂ ਵਾਪਸ ਤੋਡੇ ਤੇ ਕੋਈ ਗੱਲਬਾਤ ਕਰੂੰਗਾ ਨਾ ਤਾਂ ਮੈਂ ਗੱਲਬਾਤ ਕਰਾਂ ਜੀ ਤੇ ਨਾ ਮੈਂ ਤੁਹਾਡਾ ਵਿਰੋਧ ਕਰਾਂ ਨਾ ਹੀ ਇਹ ਕਹਾ ਵੀ ਆਪਸ ਚ ਆਪਾਂ ਉਹ ਇੱਕ ਦੂਜੇ ਦੀਆਂ ਲੱਤਾਂ ਖਿੱਚੀਏ ਇਹ ਇਹ ਇਹਨਾਂ ਗੱਲਾਂ ਚ ਕੋਈ ਮੈਨੂੰ ਜਿਆਦਾ ਵੀ ਅਸੀਂ ਆਪਸ ਚ ਉਲਝਦੇ ਰਹੀਏ ਮੈਨੂੰ ਜਿਆਦਾ ਇਹਦੇ ਚ ਕੋਈ ਬਾਲੀ ਵਧੀਆ ਗੱਲ ਨਹੀਂ ਲੱਗਦੀ ਸੋ ਗੱਲ ਇਹ ਆ ਵੀ ਅੱਜ ਦਿੱਲੀ ਨਾਲ ਲੜ ਰਹੇ ਹਾਂ ਦਿੱਲੀ ਸਰਕਾਰ ਨਾਲ ਕੇਂਦਰ ਸਰਕਾਰ ਨਾਲ ਸਾਡੀ ਲੜਾਈ ਆ ਔਰ ਲੜਾਈ ਕੀ ਆ ਵੀ ਹੁਣ ਪੰਜਾਬ ਕੋਲੇ ਅਸੀਂ ਜੇ ਕਹੀਏ ਵੀ ਆਹ ਤਿੰਨ ਕਾਨੂੰਨ ਵਾਪਸ ਲੈ ਲਓ ਤਾਂ ਪਹਿਲਾ ਵਾਲਾ ਜਿਹੜਾ ਕਾਨੂੰਨ ਸੀ ਉਹਨੇ ਸਾਨੂੰ ਖੁਦਕੁਸ਼ੀਆਂ ਤੇ ਕਰਜ਼ੇ ਦਿੱਤੇ ਆ ਉਹ ਵੀ ਬੜਾ ਸਿਖਾਵਾ ਨਹੀਂ ਆ ਇਸ ਕਰਕੇ ਪੰਜਾਬ ਕੋਲੇ ਇੱਕ ਆਵਦਾ ਇੰਡੀਪੈਂਡੈਂਟ ਮਾਡਲ ਜਦੋਂ ਤੱਕ ਕਿਸਾਨੀ ਦਾ ਨਹੀਂ ਹੋਊਗਾ ਸਾਡੇ ਮਸਲੇ ਨਹੀਂ ਹੱਲ ਹੋਣੇ ਪੂਰਨ ਤੌਰ ਤੇ ਹੱਲ ਨਹੀਂ ਹੋਣੇ ਇਹ ਲੜਾਈ ਆਪਾਂ ਲੜਨੀ ਆ ਇਸ ਸੰਘਰਸ਼ ਆਪਾਂ ਲੜਨਾ ਉਹ ਆਪਾਂ ਮਾਡਲ ਤਿਆਰ ਕਰ ਰਹੇ ਹਾਂ ਰਲ ਮਿਲ ਕੇ ਪੰਜਾਬ ਚ ਜਿੰਨੇ ਜਿੰਨੇ ਜਿੱਥੇ ਜਿੱਥੇ ਜਿਹੜੇ-ਜਿਹੜੇ ਫੀਲਡ 'ਚ ਕੋਈ ਬੰਦਾ ਬੈਠਾ ਜਿਹੜਾ ਉਹਦੇ 'ਚ ਸੁਧਾਰ ਦੇ ਪਸ ਸਕਦਾ ਕੋਈ ਆਪਦਾ ਯੋਗਦਾਨ ਪਾ ਸਕਦਾ ਉਹ ਸਾਰੇ ਆਪਾਂ ਰਲ ਕੇ ਯੋਗਦਾਨ ਪਾਈਏ ਇਕੱਠੇ ਹੋ ਕੇ ਉਹ ਮਾਡਲ ਤਿਆਰ ਕਰੀਏ ਤੇ ਉਹਨੂੰ ਲਾਗੂ ਕਰਾਉਣ ਵਾਸਤੇ ਆਪਣਾ ਸੰਘਰਸ਼ ਆਪਾਂ ਲੜੀਏ ਇੰਨੀ ਆਕ ਬੇਨਤੀਆਂ ਮੈਂ ਕਰਨੀਆਂ ਸੀ ਬਾਕੀ ਤੁਸੀਂ ਜਿਉਂਦੇ ਵੱਸਦੇ ਰਹੋ ਬਹੁਤ ਸਾਰਾ ਪਿਆਰ ਸਤਿਕਾਰ ਤੇ ਆਪਾਂ ਪੰਜਾਬ